ਇੱਕ ਪਤਨੀ ਦੇ ਵੱਲੋਂ ਹੀ ਆਪਣੇ ਆਸ਼ਿਕ ਦੇ ਨਾਲ ਮਿਲ ਕੇ ਪਤੀ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਤੇ ਕਤਲ ਦੀ ਵਾਰਦਾਤ ਨੂੰ ਅੰਜਾਮ ਵੀ ਰਾਤ ਦੇ ਸਮੇਂ ਦਿੱਤਾ ਗਿਆ ਜਦੋਂ ਪਤੀ ਇਕੱਲਾ ਹੀ ਘਰ ਦੇ ਵਿੱਚ ਸੋ ਰਿਹਾ ਹੁੰਦਾ ਹੈ ਤਾਂ ਕਿਹਾ ਜਾ ਰਿਹਾ ਕਿ ਜਾਣ ਬੁੱਝ ਕੇ ਉਸਦੇ ਦਰਵਾਜ਼ੇ ਜੋ ਨੇ ਖੁੱਲ੍ਹੇ ਛੱਡ ਦਿੱਤੇ ਜਾਂਦੇ ਨੇ ਜਿਸ ਤੋਂ ਬਾਅਦ ਆਸ਼ਿਕ ਆਪਣੇ ਦੋ ਸਾਥੀਆਂ ਦੇ ਨਾਲ ਮਿਲ ਕੇ ਘਰ 'ਚ ਦਾਖਲ ਹੁੰਦਾ ਹੈ ਅਤੇ ਸੁੱਤੇ ਹੋਏ ਪਤੀ ਦੇ ਉੱਤੇ ਦਾਤਰ ਦੇ ਨਾਲ ਹਮਲਾ ਕਰ ਦਿੰਦਾ ਹੈ ਜਿਸ ਤੋਂ ਬਾਅਦ ਕਿਹਾ ਜਾ ਰਿਹਾ ਕਿ ਖੂਨ ਦੇ ਨਾਲ ਲੱਥਪੱਥ ਹਾਲਤ ਦੇ ਵਿੱਚ ਉਸਦੀ ਲਾਸ਼ ਮਿਲੀ ਹਾਲਾਂਕਿ ਪੁਲਿਸ ਦੇ ਵੱਲੋਂ ਪਹਿਲਾਂ ਹੀ ਪਤਨੀ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਅਤੇ ਹੁਣ ਆਸ਼ਿਕ ਨੂੰ ਵੀ ਦੋਵੇਂ ਸਾਥੀਆਂ ਸਮੇਤ ਕਾਬੂ ਕਰ ਲਿਆ ਗਿਆ ਤਾਂ ਮਾਮਲਾ 31 ਜੁਲਾਈ ਦਾ ਹੈ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਘਨੀਆਂਵਾਲਾ ਦੇ ਇੱਕ 35 ਸਾਲ ਦੇ ਨੌਜਵਾਨ ਜਸਜੀਤ ਸਿੰਘ ਉਰਫ ਜੱਸਾ ਦੀ ਖੂਨ 'ਚ ਲੱਥਪੱਥ ਲਾਸ਼ ਉਸਦੇ ਘਰ 'ਚੋਂ ਮਿਲੀ ਸੀ ਅਤੇ ਇਸ ਕਤਲ ਦੇ ਦੋਸ਼ ਉਸਦੀ ਪਤਨੀ 'ਤੇ ਹੀ ਲੱਗੇ ਸਨ ਉਸ ਵੱਲੋਂ ਆਪਣੇ ਪ੍ਰੇਮੀ ਨਾਲ ਮਿਲ ਕੇ ਆਪਣੇ ਪਤੀ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਮ੍ਰਿਤਕ ਦੀ ਪਤਨੀ ਨੂੰ ਪੁਲਿਸ ਨੇ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ ਸੀ ਪਰ ਹੁਣ ਪੁਲਿਸ ਦੇ ਵੱਲੋਂ ਉਸਦੇ ਆਸ਼ਿਕ ਅਤੇ ਦੋ ਸਾਥੀਆਂ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਜਾਣਕਾਰੀ ਦਿੰਦੇ ਹੋਏ SP ਜਸਮੀਤ ਸਿੰਘ ਨੇ ਦੱਸਿਆ ਕਿ ਕੁਝ ਦਿਨਾਂ ਪਹਿਲਾਂ ਫਰੀਦਕੋਟ ਦੇ ਪਿੰਡ ਘਨੀਆਂਵਾਲਾ 'ਚ ਜੋ ਕਤਲ ਦੀ ਘਟਨਾ ਵਾਪਰੀ ਸੀ ਉਸ ਸੰਬੰਧੀ ਮ੍ਰਿਤਕ ਦੀ ਭੈਣ ਦੇ ਬਿਆਨ 'ਤੇ ਮ੍ਰਿਤਕ ਦੀ ਪਤਨੀ ਅਤੇ ਉਸਦੇ ਪ੍ਰੇਮੀ ਦੇ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕੀਤੀ ਗਈ ਸੀ ਜਿਸ ਸੰਬੰਧ ਦੇ ਵਿੱਚ ਮ੍ਰਿਤਕ ਦੀ ਪਤਨੀ ਨੂੰ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ ਗਿਆ ਸੀ ਅਤੇ ਹੁਣ ਉਸਦੇ ਪ੍ਰੇਮੀ ਅਤੇ ਉਸਦੇ ਦੋ ਸਾਥੀਆਂ ਨੂੰ ਵੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਤਾਂ ਦੱਸ ਦਈਏ ਕਿ ਜੋ ਪਤਨੀ ਹੈ ਉਹ ਆਪਣੇ ਪਤੀ ਨੂੰ ਪਿਆਰ ਦੇ ਰਾਹ ਦੇ ਵਿੱਚ ਰੋੜਾ ਮੰਨਦੀ ਸੀ ਅਤੇ ਉਸਨੂੰ ਹਟਾਉਣ ਦੇ ਲਈ ਕਿਹਾ ਜਾ ਰਿਹਾ ਕਿ ਇਹ ਸਾਰੀ ਹੀ ਸਾਜ਼ਿਸ਼ ਉਸਦੇ ਵੱਲੋਂ ਘੜੀ ਗਈ ਸੀ ਪਰ ਪੁਲਿਸ ਦੇ ਵੱਲੋਂ ਲਗਾਤਾਰ ਜਾਂਚ ਕੀਤੀ ਗਈ ਪਹਿਲਾਂ ਪਤਨੀ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਹੁਣ ਉਸਦੇ ਆਸ਼ਿਕ ਨੂੰ ਵੀ ਦੋ ਸਾਥੀਆਂ ਸਮੇਤ ਕਾਬੂ ਕਰ ਲਿਆ ਬੀਤੀ 30/7 ਨੂੰ ਇੱਕ ਆਪਾਂ ਨੂੰ ਜਾਣਕਾਰੀ ਮਿਲੀ ਸੀ ਕਿ ਕਨੀਆਲੇ ਦੇ ਪਿੰਡ ਦੇ ਵਿਅਕਤੀ ਸੀ ਜਿਸਦਾ ਨਾਮ ਹੈ ਜਿਹਦਾ ਕਿ ਕਤਲ ਹੋ ਗਿਆ ਸੀ ਅਤੇ ਆਪਾਂ ਮ੍ਰਿਤਕ ਦੀ ਭੈਣ ਦੇ ਬਿਆਨਾਂ 'ਤੇ ਇੱਕ 103 BNS ਜਾਣੀ ਕਿ ਮਰਡਰ ਦੀ ਧਾਰਾ ਦੇ ਤਹਿਤ ਇੱਕ ਪਰਚਾ ਬਾਜੇਖਾਨ ਨੇ ਦਰਜ ਕੀਤਾ ਸੀ ਦੋ ਜਣਿਆਂ ਦੇ ਖਿਲਾਫ ਇੱਕ ਔਰਤ ਅਤੇ ਇੱਕ ਮਰਦ ਦੇ ਖਿਲਾਫ ਅਤੇ ਬਾਕੀ ਅਨਨੋਨ ਦੇ ਖਿਲਾਫ ਉਹ ਜਿਹੜੀ ਤਾਂ ਔਰਤ ਹੈਗੀ ਹੈ ਜਿਹੜੀ ਕਿ ਮ੍ਰਿਤਕ ਦੀ ਘਰ ਵਾਲੀ ਸੀ ਉਹਨੂੰ ਤਾਂ ਅਸੀਂ ਅਗਲੇ ਦਿਨ ਗ੍ਰਿਫਤਾਰ ਕਰ ਲਿਆ ਸੀ ਅਤੇ ਬਾਕੀ ਜਿਹੜੇ ਉਹ 'ਚ ਕਰਨ ਹੈ ਉਹਨੂੰ ਵੀ ਅਸੀਂ ਹੁਣ ਗ੍ਰਿਫਤਾਰ ਕਰ ਲਿਆ ਅਤੇ ਜੋ ਤਫਤੀਸ਼ ਦੌਰਾਨ ਦੋ ਬੰਦਿਆਂ ਦਾ ਹੋਰ ਨਾਮ ਸਾਹਮਣੇ ਆਇਆ ਸੀ ਉਹਨਾਂ ਨੂੰ ਵੀ ਅਸੀਂ ਗ੍ਰਿਫਤਾਰ ਕਰ ਲਿਆ ਅਤੇ ਜਾਣੀ ਕੁੱਲ 4 ਵਿਅਕਤੀ ਹੋ ਗਏ ਉਹਨਾਂ ਸਾਰਿਆਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਅਤੇ ਜਿਹੜਾ ਇਹਦੇ 'ਚ ਮਰਡਰ ਦਾ ਵੈਪਨ ਸੀ ਉਹ ਵੀ ਅਸੀਂ ਰਿਕਵਰ ਕਰ ਲਿਆ ਇਹ ਜੀ ਜਿਹੜਾ ਦਾਤਰ ਹੈਗਾ ਜੀ ਉਹਦੇ ਨਾਲ ਇਹ ਇਹਨਾਂ ਦੀ ਜਿਹੜੀ ਇਹਦੀ ਘਰ ਵਾਲੀ ਸੀ ਇਹਦੇ ਕਿਸੇ ਨਾਲ ਨਾਜਾਇਜ਼ ਸੰਬੰਧ ਸੀ ਮੁੰਡੇ ਨਾਲ ਜਿਹੜਾ ਕਿ ਗ੍ਰਿਫਤਾਰ ਹੋ ਚੁੱਕਾ ਹੈ ਅਤੇ ਉਹਦੇ ਚੱਲਦੇ ਹੀ ਹੈ ਸਾਰਾ ਕੁਛ ਹੁਣ ਫਿਲਹਾਲ ਕਿੰਨੀਆਂ ਗ੍ਰਿਫਤਾਰੀਆਂ ਹੋਈਆਂ 4 ਹੋ ਗਈਆਂ ਜੀ ਕੋਲ ਕਿਸ ਤਰ੍ਹਾਂ ਅੰਜਾਮ ਦਿੱਤਾ ਗਿਆ ਕਿਉਂਕਿ ਦੱਸਿਆ ਰਿਹਾ ਹੈ ਕਿ ਜਦੋਂ ਵਿਅਕਤੀ ਉਸ ਵਕਤ ਘਰ ਵਿੱਚ ਇਕੱਲਾ ਸੀਗਾ ਔਰ ਉਸਦੀ ਪਤਨੀ ਵੀ ਜਿਹੜੀ ਉਸ ਵਕਤ ਘਰ ਵਿੱਚ ਨਹੀਂ ਰਹਿ ਰਹੀ ਸੀ ਇਹ ਜੀ ਉਹ ਦਰਵਾਜ਼ੇ ਲੌਕ ਕੀਤੇ ਬਗੈਰ ਹੀ ਸੌ ਗਿਆ ਤੇ ਜਿਸਦਾ ਇਹਨਾਂ ਨੇ ਫਿਰ ਫਾਇਦਾ ਲਿਆ ਕੌਣ ਕੌਣ ਆਏ ਸੀ ਮੌਕੇ ਤੇ ਇਹ ਜੀ ਤੁਹਾਨੂੰ ਦੱਸੇ 3 ਵਿਅਕਤੀ 3 ਲੜਕੀ ਸੀ ਜਿਹੜੇ ਉਹ ਆਈ ਸੀ ਜਿਨ੍ਹਾਂ ਨੇ ਵਾਰਤਾ ਦਿੱਤੀ ਇੱਕ ਤੇ ਕਰਨ ਅਤੇ ਬਾਕੀ ਉਹਦੇ ਦੋ ਸਾਥੀ ਉਸ ਵਕਤ ਉਹਦੀ ਪਤਨੀ ਵੀ ਨਾਲ ਸੀ ਨਹੀਂ ਉਹਦੀ ਸਿਰਾਂ ਵਾਈਫ ਨਹੀਂ ਸੀ ਕਤਲ ਕਿਸ ਤਰ੍ਹਾਂ ਜਿਹੜਾ ਗਲਾ ਜਲਾ ਵੱਢ ਕੇ ਕੀਤਾ